ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਤੇ ਬੰਦੇ ਨੇ ਨਵਾਇਆ ਮਸਾਂ ਹੀ, ਕਿੰਨੇ ਦਿਨਾਂ ਬਾਅਦ? ਅੰਬਾਲੇ ਤੋਂ ਨਹਾ ਕੇ ਗਿਆ ਸੀ ਬੰਦਾ, ਅੰਬਾਲੇ ਆ ਕੇ ਨਹਾਇਆ ਵਾਪਸ, ਟਾਪਰੀ ਦਾ ਸਾਰਾ ਚੱਕਰ ਲਾਇਆ ਜੀ। ਅੱਠਵੇਂ ਦਿਨ ਨਹਾਤਾ। लगे रोटी खान, पानी ठंडा आ गया। इधर भाई भाजी कितो? भाजी पिछे की बजदा, पिछे की बजदा चार गिलास पानी के पियो पहला, रज के फिर खाएंगे, बाद में खीर खावांगे। फिर रोटी खा के मिलते हैं तुम्हें, सब्जी दिखा देने तुम्हें एक बारी आ लैन दो। ਬਾਈ ਟਾਈਮ ਹੋ ਗਿਆ 4:19 ਅਤੇ ਆਪਾਂ ਪਹੁੰਚ ਗਏ ਹਾਂ ਬਸ ਡੋਬੀ ਬਾਰਡਰ ਦੇ ਲਾਗੇ ਹਾਂ। ਬਾਰਡ ਭਾਅ ਜੀ ਕਹਿੰਦੇ ਚਾਹ ਪੀ ਲੈਂਦੇ ਹਾਂ, ਨਾਲੇ ਮਾੜੀ ਮਾੜੀ ਟਾਇਰਾਂ ਨੂੰ ਹਵਾ ਲੱਗ ਜਾਏਗੀ। ਹੋਰ ਇਹ ਭਾਈ ਆਪਣੇ ਰੱਸੇ ਹੋ ਗਏ ਢਿੱਲੇ, ਰੱਸੇ ਕਰਾਏ ਟਾਇਰ। ਬਾਕੀ ਪੇਟੀ ਇੱਕ ਸਾਰੀ ਗਿਰਨ ਵਾਲੀ ਹੋਈ ਆ ਇੱਧਰ, ਪਰ ਗਿਰਦੀ ਨਹੀਂ। ਇਹਨੂੰ ਮੈਂ ਐਸੇ ਕਰਕੇ ਡਬਲ ਡਬਲ ਰੱਸੇ ਮਾਰਤੇ ਸੀ ਕਿ ਗਿਰੇ ਨਾ। ਲਓ ਜੀ 5:20 ਹੋ ਗਏ ਅਤੇ ਆਪਾਂ ਪਹੁੰਚ ਗਏ ਡੋਬੀ ਬਾਰਡਰ 'ਤੇ, ਬਿਹਾਰ ਵਾਲੇ ਦੇ, ਉਹ ਝਾਰਖੰਡ ਵਾਲੇ ਦੇ, ਬਿਹਾਰ ਵਾਲਾ ਦੇ ਪਿੱਛੇ ਰਹਿ ਗਿਆ ਇਹ ਝਾਰਖੰਡ ਵਾਲਾ। ਸਰਦਾਰ ਜੀ ਗਾੜੀ ਮਾਰੀ ਆ। ਉੱਥੇ ਤੱਕ ਜਾਵਾਂਗੇ ਆਪਾਂ ਬਰਾਬਰ ਉਹਦੇ ਜਾ ਕੇ ਅੱਗੇ ਵਾੜਦੇ ਹਾਂ ਆਪਾਂ। ਲਓ ਬਈ ਬਾਰਡਰ ਕਰਕੇ ਪਾਰ ਆਪਾਂ 6:45 ਹੋ ਗਏ, ਚਪਾਰਨ ਪਹੁੰਚ ਚੱਲੇ ਹਾਂ। ਬਸ ਹੁਣ ਅੱਗੇ ਮਾੜੀ ਚੜ੍ਹਾਈ ਆ ਜਾਣੀ ਆ ਚਪਾਰਨ ਵਾਲੀ, ਸੈਂਟੀ ਜਾਗਦਾ ਪਿਆ। ਰਾਤੀ 1 ਸੌ ਗਏ, ਦੁਪਹਿਰੇ 12:30 ਉੱਠਿਆ ਮੁੰਡਾ, ਸੌਣ ਦੇ ਰਿਕਾਰਡ ਤੋੜਦੇ। ਅਤੇ ਬਾੜ ਭਾਈ ਵਾਲੀ ਗੱਡੀ ਜਾ ਰਹੀ ਆ ਅੱਗੇ, ਆਪਾਂ ਪਿੱਛੇ ਕੋਸ਼ਿਸ਼ ਕਰਾਂਗੇ ਅੱਜ ਪਹੁੰਚਣ ਦੀ, ਜੇ ਪਹੁੰਚਿਆ ਗਿਆ ਤਾਂ, ਜੇ ਨਹੀਂ ਪਹੁੰਚਿਆ ਗਿਆ ਤਾਂ ਕੱਲ੍ਹ ਰਾਤ ਨੂੰ ਪਹੁੰਚ ਜਾਵਾਂਗੇ। ਵਪਾਰੀ ਨਾਲ ਗੱਲ ਹੋ ਗਈ, ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ, ਤੁਸੀਂ ਆਰਾਮ ਨਾਲ ਆਓ।
ਸੇਵ ਨਹੀਂ ਆਈ ਸਮਝੋ ਚੌਲ ਭਰੇ ਨੇ ਤੇ ਰੱਬ ਦੀ ਦਇਆ ਨਾਲ ਸੱਚ ਹਾਂ ਆਪਣੀ ਵਾਟਰ ਬਾਡੀ ਹੀ ਲੀਕ ਜਿਹੜੀ ਹੈ ਤੁਸੀਂ ਦੇਖੀ ਬਾਠਾਂ ਵਾਲੇ ਭਾਈ ਆ ਰਹੇ ਨੇ ਬਾਠਾਂ ਵਾਲੇ ਵਾਟਰ ਬਾਡੀ ਆਪਾਂ ਪਵਾਤੀ ਟਾਇਰ ਪੈਂਚਰ ਜੀ ਟਾਇਰ ਪੈਂਚਰ ਲਵਾਤਾ ਜੀ ਅਤੇ ਹੁਣ ਮਿਲਦੇ ਹਾਂ ਚੱਲ ਗਿਆ ਗੇਖਣਾ ਇਹ ਹੋਟਲ 'ਤੇ ਚਾਹ ਜੋ ਪੀਂਦੇ ਹਾਂ ਸ਼ੀਸ਼ੇ ਜਿਹੜੇ ਸਾਫ ਕਰਕੇ ਸਵੇਰੇ ਤੇਲ ਪਵਾ ਲਿਆ ਜੀ ਆਪਾਂ ਟੈਂਕੀ ਫੁੱਲ ਕਰਾ ਲਈ ਦੁਬਾਰਾ ਅਤੇ ਜਿੱਥੇ ਟੈਂਕੀ ਫੁੱਲ ਕਰਾਈ ਸੀ ਉੱਥੇ ਗੱਡੀ ਨੇ ਐਵਰੇਜ ਦਿੱਤੀ ਪੂਰੇ 3:30 ਦੀ ਗੱਡੀ ਚੱਲੀ ਸੀ ਆਪਣੀ 356 ਕਿਲੋਮੀਟਰ 103 ਲੀਟਰ ਡੀਜ਼ਲ ਪਿਆ ਜੀ ਬਸ ਇੰਨੀ ਕੁ ਦਈ ਜੇ ਬਥੇਰੀ ਆਪਾਂ ਨੂੰ ਐਵਰੇਜ ਜ਼ਿਆਦਾ ਐਵਰੇਜ ਨਹੀਂ ਸਾਨੂੰ ਚਾਹੀਦੀ ਪਰ ਮੈਂ ਐਸਟੀਮੇਟ ਲਾਇਆ ਸੀ ਕਿ 3 ਦੀ ਐਵਰੇਜ ਦਿੰਦੀ ਪਈ ਸੀ ਪਹਿਲੇ ਅਤੇ 3 ਦੀ ਹੀ ਦੇਗੀ ਮੈਨੂੰ ਲੱਗਦਾ ਰੱਜ ਗਈ ਤੇਲ ਖਾ ਖਾ ਕੇ ਬਈ ਟਾਪਰੀ ਗਈ ਮੈਂ 1 ਦੀ ਐਵਰੇਜ ਦਿੱਤੀ ਬਥੇਰਾ ਰਜਾਤ ਆ ਸੀ ਇਹਨੂੰ ਤੇਲ ਤੋਂ ਹੁਣ ਸਾਡੇ ਹਿਸਾਬ ਨਾਲ ਹੀ ਖਾ ਰਹੀ ਹੈ ਪਹਿਲੇ ਆਪਣੇ ਹਿਸਾਬ ਨਾਲ ਖਾਇਆ ਪਹਿਲੇ ਹੁਣ ਕਹਿੰਦੀ ਕੋਈ ਨਹੀਂ ਜਿੰਨਾ ਮੈਂ ਖਾਣਾ ਸੀ ਖਾ ਲਿਆ ਹੁਣ ਨਹੀਂ ਮੈਂ ਖਾਵਾਂਗੀ ਸੁਧਰ ਕੀ ਹੈ ਹੁਣ ਅਤੇ ਬਸ ਬਹੁਤ ਹੈ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਤੇਲ ਖਾਣਾ ਖਾ ਪੁੱਗੇ ਤੇਰੇ ਮਾਲਕ ਬਹੁਤ ਰਿੱਚ ਹੈ ਟੈਨਸ਼ਨ ਨਹੀਂ ਲੈਣੀ ਚਲੋ ਮਿਲਦੇ ਹਾਂ ਚੱਲ ਕੇ ਅੱਗੇ ਹੋਟਲ ਦੇ ਉਹ ਜੀ ਟਾਈਮ ਹੋ ਗਿਆ 10:48 ਅਤੇ ਆਪਾਂ ਪਹੁੰਚ ਗਏ ਹਾਂ ਧੰਨਵਾਦ ਅਤੇ ਇੱਥੋਂ ਮੁੜ ਜਾਂਦਾ ਡਰਾਈਵਰ ਸਾਈਡ ਧੰਨਵਾਦ ਸ਼ਹਿਰ 'ਚ ਅਤੇ ਨਾਲੇ ਚਲਾ ਜਾਂਦਾ ਝਰੀਏ ਧੰਨਵਾਦ ਧੰਨਵਾਦ ਐਕਸਪ੍ਰੈਸ ਅਤੇ ਮੇਰੇ ਖਿਆਲ ਨਾਲ ਟਰਾਲੇ ਦੇ ਪਹਿਲੀ ਵਾਰ ਆਪਾਂ ਲੋਕ ਬਣਾ ਰਹੇ ਹਾਂ ਕਲਕੱਤੇ ਜਾਂਦੇ ਹਾਂ ਵੈਸੇ ਕੈਂਟਰ ਦੇ ਤੁਸੀਂ ਦੇਖਿਆ ਹੀ ਹੈ ਬਨਗਾਓਂ ਗਏ ਹੀ ਆਪਾਂ ਪਰਵਲ ਵੀ ਲੋਡ ਕੀਤਾ ਅੰਬ ਵੀ ਭਰਿਆ ਕਿੰਨੇ ਕਿੰਨੇ ਦੇਖਿਆ ਕੈਂਟਰ ਵਾਲਾ ਵਲੋਗ ਸਾਰੇ ਹੱਥ ਖੜੇ ਕਰ ਲਓ ਕਮੈਂਟਾਂ 'ਚ ਅਤੇ ਇੱਥੋਂ ਇਹ ਲੈ ਕੇ ਆਇਆ ਸੀ ਮੈਂ ਗੁਰਦੇਵ ਨੂੰ ਪਹਿਲੀ ਵਾਰ ਗੁਰਦੇਵ ਪਹਿਲੇ ਬੰਬੇ ਚੱਲਿਆ ਸੀ ਪਹਿਲੀ ਵਾਰ ਗੁਰਦੇਵ ਨੂੰ ਲੈ ਕੇ ਆਇਆ ਸੀ ਮੈਂ ਆਪਾਂ ਇਹੀ ਧੰਨਵਾਦ ਦਾ ਗੁਲੂਕੋਜ਼ ਭਰ ਕੇ ਦੂਜਾ ਡਾਕਟਰਾਂ ਵਾਲਾ ਗੁਲੂਕੋਜ਼ ਅਤੇ ਉਸ ਤੋਂ ਬਾਅਦ ਝਰੀਏ ਤੋਂ ਭਰ ਕੇ ਗਏ ਸੀ ਆਪਾਂ ਕੋਲਾ ਇੱਥੇ ਦਾ ਕੀ ਨਾਮ ਇਹਦਾ ਪੀਲੀਭੀਤ ਦਾ ਇਹ ਗੱਲ ਆ ਗਈ 2017 ਦੀ ਉਦੋਂ ਏਕਮ ਸਾਡਾ ਹੋਇਆ ਸੀ 2-3 ਕੁ ਮਹੀਨੇ ਦਾ ਸੀ ਏਕਮ ਮਤਲਬ ਕਿ 6 ਸਾਲ ਪੁਰਾਣੀ ਗੱਲ ਹੈ 6.25 ਸਾਲ ਪੁਰਾਣੀ ਹੁਣ ਅੱਗੇ ਗੁਰਦੇਵ ਬੈਠਿਆ ਬਾੜ ਭਾਈ ਵਾਲੀ ਗੱਡੀ 'ਚ ਅਤੇ ਆਪਾਂ ਰਹਿ ਗਏ ਇਕੱਲੇ ਅੱਗੇ ਚੱਲ ਕੇ ਖਾਂਦੇ ਹਾਂ ਆਪਾਂ ਵੀ ਕਿਤੇ ਲੰਗਰ ਲੰਗਰ ਛਕਦੇ ਹਾਂ ਭੁੱਖ ਲੱਗੀ ਆ ਬੜੀ ਜ਼ੋਰ ਦੀ ਦੇਖਦੇ ਹਾਂ ਕਿੱਥੇ ਰੁਕਣਗੇ ਕਿੱਥੇ ਖਵਾਉਣਗੇ ਕਿੱਥੇ ਨਹੀਂ ਐਂ ਨਹੀਂ ਖੜੇ ਵਾਲੀ ਗੱਡੀ ਦੀ ਨੀਤੀ ਲਾਈਟ ਲੱਗੀ ਹੋਈ ਨਾ ਪਿੱਛੇ ਜੀ ਟਾਈਮ ਹੋ ਗਿਆ 12:30 ਵੱਜ ਗਿਆ ਰੋਟੀ ਆਪਾਂ ਖਾ ਲਈ ਉਹ ਜਿੰਦੇ ਵਾਲੇ ਬਲੋਗ 'ਚ ਦੇਖਦੇ ਹੋ ਤੁਸੀਂ ਕੀ ਖਾਇਆ ਸੀ ਅਤੇ ਬਾੜ ਭਾਈ ਉਹ ਚਲੇ ਸਾਹਮਣੇ ਅਤੇ ਆਪਾਂ ਵੀ ਲੱਗੀਆਂ ਹੈਂਡ ਬ੍ਰੇਕ ਨਾਲ ਸੁੱਟੀ ਹੋਵੇ ਪ੍ਰੈਸ਼ਰ ਲੀਕ ਹੁੰਦਾ ਹੈਂਡ ਬ੍ਰੇਕ ਸੁੱਟੀ ਨਹੀਂ ਹੁੰਦੀ ਦਿਖਾਵਾਂ ਜਾ ਕੇ ਕੀ ਚੱਕਰ ਹੁਣ ਆਪਾਂ ਬਾਹਰ ਮਿਲਦੇ ਹਾਂ ਚੱਲ ਕੇ ਅੱਗੇ ਜਿੱਥੇ ਸੋਵਾਂਗੇ ਹੁਣ ਅਸੀਂ
ਕਿ ਟਾਈਮ ਹੋ ਗਿਆ ਸ਼ਾਮ ਦੇ ਪੌਣੇ ਸੱਤ ਪੌਣੇ ਸੱਤ ਹੋ ਗਏ ਨਾ ਚਲ ਸਾਢੇ ਛੇ ਪੌਣੇ ਸੱਤ ਹੋ ਗਏ ਹਾਂ ਅਤੇ ਆਪਾਂ ਪਹੁੰਚ ਗਏ ਹਾਂ ਕਲਕੱਤੇ ਬੰਬੇ ਰੋਡ 'ਤੇ ਅਤੇ ਸਮੈਲ ਜੀ ਕਿਹੋ ਜਿਹੀ ਆ ਰਹੀ ਤੁਹਾਨੂੰ ਵੀ ਆ ਰਹੀ ਹੈ ਮੈਨੂੰ ਹੀ ਆ ਰਹੀ ਬਾਟ ਭਾਈ ਅੱਧਾ ਮਾਲ ਅੱਧਾ ਮਾਲ ਉਤਾਰ ਆਏ ਹਾਂ ਭਾਈ ਅੱਧਾ ਰਹਿ ਗਿਆ ਅਤੇ ਆਪਾਂ ਨੂੰ ਲੈਣ ਆਏਗਾ ਬੰਦਾ ਟੋਲ ਟੈਕਸ 'ਤੇ ਦੇਖਦੇ ਹਾਂ ਕਿੱਥੇ ਜਾ ਕੇ ਖੜੇ ਹਾਂ ਮੈਂ ਭਾਈ ਦੇ ਨਾਲ ਨਾਲ ਪਰ ਇੰਨੀ ਗਰਮੀ ਹੈ ਨਹੀਂ ਜਿੰਨੀ ਸੋਚ ਰਹੇ ਸੀ ਆਪਾਂ ਕੀ ਜਾਂਦਾ ਲਓ ਬਈ ਆ ਗਏ ਹਾਂ ਆਪਾਂ ਇੱਥੇ ਤੁਸੀਂ ਬੋਲੀ ਜਾ ਇੱਕ ਹੀ ਗੱਲ ਹੈ ਬੋਲ ਪਾ ਤੈਨੂੰ ਪਤਾ ਕਿਆ ਕਹਿਣਾ ਮੈਂ ਮਸ਼ੂਆ ਮੰਡੀ ਪਹੁੰਚਣ ਵਾਲੇ ਹਾਂ ਬਸ 8-9 ਕਿਲੋਮੀਟਰ ਰਹਿ ਗਿਆ ਬੋਲਣਾ ਨਹੀਂ ਮੈਂ ਪਤਾ ਨਹੀਂ ਕੀ ਸੀ 8-9 ਕਿਲੋਮੀਟਰ ਰਹਿ ਗਿਆ ਬਸ ਇੱਥੋਂ ਹਾਂ ਦੇਖ ਲਓ ਬਾਜ਼ਾਰ ਬਾਈ ਰਸਤੇ 'ਚ ਸੋਨਾ ਕਾਚੀ ਵੀ ਆਏਗਾ ਵੀ ਦਿਖਾਵਾਂਗੇ ਤੁਹਾਨੂੰ ਹਾਂ ਸੋਨਾ ਕਾਚੀ ਦਾ ਬਾਜ਼ਾਰ ਅਤੇ ਇੱਧਰ ਬੈਠੇ ਹਾਂ ਗਾਰਡ ਸਾਹਿਬ ਅਤੇ ਸੰਟੀ ਦੋ ਇੱਕੋ ਜਿਹੇ ਜਿਹੇ ਲੱਗ ਰਹੇ ਹਾਂ ਭਾਈ ਹੈ ਜੇ ਐਂਬੂਲੈਂਸ ਹੈ ਪੁਲਿਸ ਹੈ ਘੱਟੋ ਘੱਟ 80 ਫੁੱਟ ਆਣਾ ਭੈਣ ਤਰਪਾਲ ਪਾਉਣੀ ਕਿਹੜਾ ਸੌਖੀ ਹੈ ਇੱਥੇ ਲਓ ਭਾਈ ਇੱਥੇ ਖੜੇ ਹਾਂ ਆਪਾਂ ਲਾਲ ਬੱਤੀ 'ਤੇ ਆਹ ਜਿਹੜੀ ਵਿੱਚ ਤੁਹਾਨੂੰ ਦਿਖ ਰਹੀ ਹੈ ਨਾ ਆਹ ਰੇਲਵੇ ਲਾਈਨ ਹੈ ਪਹਿਲਾਂ ਉਰੇ ਸੜਕ 'ਤੇ ਟ੍ਰੇਨ ਚੱਲਦੀ ਸੀ ਲੋਕਡਾਊਨ ਤੋਂ ਬਾਅਦ ਬੰਦ ਹੋ ਗਈ ਹੁਣ ਚੱਲਦੀ ਨਹੀਂ ਤਾਂ ਇਹਨੂੰ ਟਰੈਂਪ ਬੋਲਦੇ ਤੇ ਹੈਂ ਟਰੰਪ ਟਰੰਪ ਜੋੜਾ ਕੁਛ ਵੀ ਯਾਰ ਅਤੇ ਆਪਾਂ ਨੇ ਇੱਥੋਂ ਹੋ ਜਾਣਾ ਕਨੈਕਟਰ ਸਾਈਡ ਅਤੇ 1-ਵੇ ਹੈ ਉਰੇ ਇੱਧਰ ਜਿੱਧਰ ਨੂੰ ਆਪਾਂ ਆਏ ਹੈ ਨਾ ਅਤੇ ਹਰੇਕ ਬੰਦਾ ਆਪਣਾ ਲਹਿਦੇ ਰਸਤੇ ਨੂੰ ਲੈ ਕੇ ਜਾਂਦਾ ਤੁਹਾਨੂੰ ਕਹਿੰਦਾ ਵੀ ਮੈਂ 4 ਵਾਰ ਆ ਲਿਆ ਵੀ 4 ਵਾਰ ਚਲੋ ਕੋਈ ਕਿੱਧਰੇ ਨੂੰ ਲੈ ਕੇ ਜਾਂਦਾ ਕੋਈ ਕਿੱਧਰੇ ਨੂੰ ਚਲੋ ਆਉਣ ਦਿਓ ਜੀ ਚਲੋ 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 ਟਾਈਮ ਹੋ ਗਿਆ 10:15 ਅਤੇ ਆਪਾਂ ਪਹੁੰਚ ਗਏ ਹਾਂ ਮਛੂਆ ਮੰਡੀ ਅਤੇ ਹੱਲੇ ਅੰਦਰ ਹੁੰਦੀ ਪਈ ਆ ਸਾਫ਼ ਸਫਾਈ 12 ਵਜੇ ਤੋਂ ਬਾਅਦ ਗੱਡੀਆਂ ਅੰਦਰ ਵੜਨਗੀਆਂ ਅਤੇ ਇੱਥੇ ਸਾਫ਼ ਸਫਾਈ ਵਾਲਾ ਦਾ ਦਫ਼ਤਰ ਕਲੀਨ ਸਿਟੀ ਦਾ ਕੋਲਕਾਤਾ ਮਿਊਂਸੀਪਾਲਟੀ ਕਾਰਪੋਰੇਸ਼ਨ ਅਤੇ ਹੁਣ ਦੇਖਦੇ ਹਾਂ ਰੋਟੀ ਦਾ ਕਰਦੇ ਹਾਂ ਇਲਾ ਅਤੇ ਕੱਲ੍ਹ ਨੂੰ ਇੱਥੇ ਨਹਾਵਾਂ ਨਾਲੇ ਧੋਵਾਂ ਸੀਟਾਂ ਦੇ ਕੱਪੜੇ ਫਿਰ ਦੇਖਦੇ ਹਾਂ ਘੁੰਮਣ ਫਿਰਨ ਜਦੋਂ ਜਾਵਾਂਗੇ ਅਤੇ ਰੋਟੀ ਰੋਟੀ ਖਾ ਕੇ ਬਾਅਦ 'ਚ ਮਿਲਦੇ ਹਾਂ ਤੁਹਾਨੂੰ ਦੇਖ ਲਿਆ ਕਲਕੱਤਾ ਕਿਹੋ ਜਿਹਾ ਲੱਗਿਆ ਕਿਹੋ ਜਿਹਾ ਲੱਗਿਆ ਕਲਕੱਤਾ ਦਿਨੇ ਪਤਾ ਲੱਗੇਗਾ ਰਾਤ ਨੂੰ ਚੱਲਦੇ ਹਾਂ ਘੁੰਮਣ